ਕਿਸੇ ਨੇ ਪੁੱਛਿਆ ਮੈਨੂੰ ਕਿ ਜੀ ਗੁਰੂ ਜੀ ਖਾਂਦੇ ਕੀ ਸੀ, ਗੁਰੂ ਜੀ ਨੂੰ ਕਰੇਲੇ ਬੜੇ ਪਸੰਦ ਸੀ, ਅਗਲੀ ਦਫ਼ਾ ਲੰਗਰ ਕਰੋ ਤਾਂ ਕਰੇਲੇ ਜ਼ਰੂਰ ਬਣਾਉਣਾ, ਯੂਸ ਟੂ ਲਵ ਕਰੇਲਾ, ਅਸੀਂ ਲੋਕ ਅੰਦਰ ਕਿਚਨ 'ਚ ਕਹਿੰਦੇ ਸੀ ਉਹ ਅੱਜ ਕਰੇਲੇ ਬਣੇ ਨੇ, ਅਸੀਂ ਤਾਂ ਦੂਜਾ ਕਹਿੰਦੇ ਸੀ ਕੁਛ ਹੋਰ ਮਿਲ ਜਾਏ, ਬਟ ਗੁਰੂ ਜੀ ਨੂੰ ਐਨ ਨਾ ਬੈਠ ਕੇ ਹੀ ਵੁੱਡ ਲਵ ਦ ਕਰੇਲਾ, ਟੇਕ ਇਟ ਫੋਰਵਰਡ ਫਰੋਮ ਦੇਅਰ। ਕਿਸੇ ਹੋਰ ਨੇ ਮੈਨੂੰ ਇੱਕ ਵਾਰੀ ਇਸ ਪਿਛਲੇ ਵੀਡੀਓ ਬਾਅਦ ਕਿਹਾ ਕਿ ਅੰਕਲ ਨਹੀਂ ਤੁਸੀਂ ਠੀਕ ਨਹੀਂ ਦੱਸ ਰਹੇ, ਕੋਈ ਮੈਸੇਜ ਆਇਆ ਸੀ ਕਿਸੇ ਲੇਡੀ ਦਾ ਕਿ ਗੁਰੂ ਜੀ ਤਾਂ ਸਤਸੰਗ ਡਾਂਸ ਕਰਾਉਂਦੇ ਸੀ ਸਿਰਫ ਵੱਡੇ ਫੰਕਸ਼ਨ 'ਤੇ ਨਹੀਂ ਕਰਾਉਂਦੇ ਸੀ, ਗੁਰੂ ਜੀ ਕਦੀ ਸਤਸੰਗ ਵਿੱਚ ਨਹੀਂ ਡਾਂਸ ਕਰਾਉਂਦੇ ਸੀ, ਗੁਰੂ ਜੀ ਕਦੀ ਕਦਾਈ ਹਫ਼ਤੇ 'ਚ ਕਦੀ ਦਫ਼ਾ ਕਿਸੇ ਨੂੰ ਰਾਤੀ ਕਹਿ ਦਿੰਦੇ ਸੀ 10-11 ਵਜੇ ਦੇ ਸੰਗਤ ਚਲੀ ਜਾਂਦੀ ਸੀ ਕਿ ਚਲੋ ਅੰਕਲ ਡਾਂਸ ਕਰੋ ਜਾਂ ਆਂਟੀ ਡਾਂਸ ਕਰੋ, ਉਹਨਾਂ ਦਾ ਇੱਕ ਤਰੀਕਾ ਹੁੰਦਾ ਸੀ ਕਿ ਉਹਨਾਂ ਦਾ ਕੋਈ ਕਲਿਆਣ ਹੋ ਰਿਹਾ ਹੁੰਦਾ ਸੀ। ਤਾਂ ਇਸ ਤਰ੍ਹਾਂ ਨਹੀਂ ਹੁੰਦਾ ਸੀ ਕਿ ਜਿਸ ਤਰ੍ਹਾਂ ਅਸੀਂ ਅੱਜ ਕੱਲ੍ਹ ਸਤਸੰਗ 'ਤੇ ਗਏ ਅਤੇ ਸਿੱਧਾ ਡਾਂਸ ਕਰਨਾ ਸ਼ੁਰੂ ਕਰ ਦਿੱਤਾ, ਪਹਿਲੇ ਅਸੀਂ ਇੱਕ ਸਪਿਰਚੁਅਲ ਮੋਡ 'ਚ ਹੈਗੇ ਹਾਂ ਐਂਡ ਘੰਟਾ ਡੇਢ ਘੰਟਾ ਸ਼ਬਦ ਸੁਣੇ ਜਾਂ ਉਹ ਸੁਣੇ, ਉਸ ਤੋਂ ਬਾਅਦ ਸਿੱਧਾ ਮਿਊਜ਼ਿਕ ਔਨ ਕਰਕੇ ਡਾਂਸ ਕਰਨਾ ਸ਼ੁਰੂ ਕਰ ਦਿੱਤਾ। ਸੋ ਦੈਟ ਇਨ ਦੈਟਸ ਮਾਈ ਪਰਸਨਲ ਓਪੀਨੀਅਨ, ਹੁਣ ਕੋਈ ਮੰਨੇ ਨਾ ਮੰਨੇ ਦੈਟਸ ਅਪ ਟੂ ਦੈਮ, ਬਟ ਯੈਸ ਡਾਂਸ ਕਦੀ ਕਦਾਈ 2-4-10 ਲੋਕਾਂ ਵਿੱਚ ਗੁਰੂ ਜੀ ਕਰਾ ਵੀ ਦਿੰਦੇ ਸੀ ਕਿਸੇ ਦਾ, ਉਹ ਕਲਿਆਣ ਕਰਨ ਦਾ ਤਰੀਕਾ ਹੁੰਦਾ ਸੀ ਉਹਨਾਂ ਦਾ, ਬਟ ਇਹ ਕੋਈ ਦੀ ਉਹ ਨਹੀਂ ਸੀਗਾ ਕਿ ਸਤਸੰਗ ਸ਼ਬਦ ਖਤਮ ਹੋਏ ਅਤੇ ਡਾਂਸਿੰਗ ਸ਼ੁਰੂ ਹੋ ਗਈ। ਇਟਸ ਲਾਈਕ ਯੂ ਨੋ ਕੋਈ ਬੰਦਾ ਗਰਮ ਗਰਮ ਚਾਹ ਪੀ ਕੇ ਅਤੇ ਇੱਕਦਮ ਤੇ ਠੰਡਾ ਕੋਕੋਲਾ ਪੀਏਗਾ ਨਹੀਂ ਉਸ ਤੋਂ ਬਾਅਦ ਇਮੀਡੀਏਟਲੀ। ਸੋ ਜਦ ਅਸੀਂ ਸਤਸੰਗ 'ਚ ਆਏ ਹਾਂ, ਵੀ ਹੈਵ ਕਮ ਵਿਦ ਅ ਪਰਟੀਕੁਲਰ ਹਾਊ ਡੂ ਯੂ ਪੁੱਟ ਇਟ ਫਰੇਮ ਆਫ ਮਾਈਂਡ, ਬਾਡੀ ਹੈਜ਼ ਗੋਨ ਇਨ ਟੂ ਦੈਟ ਪੋਜ਼ਿਟਿਵਿਟੀ, ਉੱਥੇ ਬੈਠੇ ਅਸੀਂ ਸ਼ਾਂਤ ਹੋ ਗਏ ਹਾਂ, ਆਰ ਮਾਈਂਡ ਇਜ਼ ਐਟ ਈਜ਼, ਵੀ ਹਰਡ ਸ਼ਬਦ, ਵੀ ਹਰਡ ਵਿਆਖਿਆ, ਵੀ ਹਰਡ ਉਪਦੇਸ਼ ਸੁਣੇ ਨੂੰ ਵਿਆਖਿਆ 'ਚ ਵਟੇਵਰ, ਅਤੇ ਉਹ ਚੀਜ਼ ਸਾਨੂੰ ਨਾ ਜਿੰਨੀ ਦੇਰ ਜ਼ਿਆਦਾ ਅਸੀਂ ਆਪਣੇ 'ਚ ਰੱਖੀਏ ਉਨਾ ਜ਼ਿਆਦਾ ਅਬਜ਼ੋਰਬ ਕਰਨੇ ਅਸੀਂ ਉਸ ਚੀਜ਼ ਨੂੰ। ਬਟ ਅਗਰ ਅਸੀਂ ਸਿੱਧਾ ਮਤਲਬ ਉਹ ਸਵਿੱਚ ਔਨ ਆਫ ਕੀਤਾ ਕਿ ਸ਼ਬਦ ਖਤਮ ਅਤੇ ਡਾਂਸਿੰਗ ਸ਼ੁਰੂ, ਐਟ ਦੈਟ ਇਜ਼ ਮਾਈ ਦਿਸ ਥਿੰਗ, ਕੋਈ ਅਗਰੀ ਕਰਨ ਕੋਈ ਨਾ ਕਰਨ, ਦੈਟਸ ਟੂ ਈਚ ਇਜ਼ ਓਨ। ਬਟ ਹਾਂਜੀ, ਸੋ ਆਈ ਥਿੰਕ ਕਿਸੇ ਨੇ ਪੁੱਛਿਆ ਸੀਗਾ ਜੀ ਖਾਂਦੇ ਕੀ ਹੈ, ਮੈਂ ਦੱਸ ਦਿੱਤਾ ਕਰੇਲੇ ਦਾ ਬੜਾ ਸ਼ੌਕ ਸੀ, ਛਾਸ ਪੀਂਦੇ ਸੀ, ਲੱਸੀ ਬੜੀ ਪੀਂਦੇ ਸੀ, ਬੜਾ ਸ਼ੌਕ ਸੀ, ਕਮਿੰਗ ਫਰੋਮ ਪੰਜਾਬ, ਖਾਸ ਗੁਰੂ ਜੀ ਵਾਸਤੇ ਟੀਟੂ ਅੰਕਲ ਮੇਰੇ ਖਿਆਲ ਲੈ ਕੇ ਆਉਂਦੇ ਸੀ, ਟੀਟੂ ਅੰਕਲ ਆਂਟੀ ਫਰੋਮ ਪਿੰਡ, ਉਹਨਾਂ ਵਾਸਤੇ ਮੱਕੀ ਦੀ ਰੋਟੀ ਐਂਡ ਸਰਸੋਂ ਦਾ ਸਾਗ ਸਫੇਦ ਮੱਖਣ ਲੈ ਕੇ ਆਉਂਦੇ ਸੀ, ਐਂਡ ਉਹ ਬੜਾ ਪਸੰਦ ਹੁੰਦਾ ਸੀ ਜਦ ਵੀ ਆਉਂਦੇ ਸੀ ਅਤੇ ਟੀਟੂ ਲੈ ਕੇ ਆਈ। ਸੋ ਟੀਟੂ ਅੰਕਲ ਉਹ ਲੈ ਕੇ ਆਉਂਦੇ ਸੀ, ਘਰ ਤੋਂ ਖੈਰ ਲੰਗਰ ਗੁਰੂ ਜੀ ਕੇ ਲਈ ਰੋਜ਼ ਬਣਤਾ ਹੀ ਥਾ ਵਹਾਂ ਪੇ। ਸੋ ਬੜੀ ਚੀਜ਼ ਹਨ ਗੁਰੂ ਜੀ ਦੇ ਵਾਸਤੇ। ਸੋ ਇਹ ਜ਼ਰੂਰ ਸੁਣਨਾ ਤੁਸੀਂ ਭਾਈ ਹਰਬੰਸ ਸਿੰਘ ਜਗਾਦਰੀ ਵਾਲੇ, ਐਂਡ ਫਿਰ ਦੇਖਣਾ ਮਤਲਬ ਸਤਸੰਗ ਉਸ ਟਾਈਮ 'ਤੇ ਕਿਹੋ ਜਿਹਾ ਹੁੰਦਾ ਸੀ, ਐਂਡ ਤੁਹਾਨੂੰ ਬਿਲਕੁਲ ਇੱਕ ਉਹ ਫੀਲਿੰਗ ਆਏਗੀ ਕਿ ਜਿਸ ਤਰ੍ਹਾਂ ਗੁਰੂ ਜੀ ਉੱਥੇ ਹੀ ਬੈਠੇ ਹੋਏ। ਸੋ ਐਨੀਵੇ ਦੈਟਸ ਆਲ ਫੋਰ ਟੂਡੇ, ਫਿਰ ਕਦੀ ਮੂਡ ਆਏਗਾ ਫਿਰ ਦੱਸਾਂਗਾ। ਜੈ ਗੁਰੂ ਜੀ, ਸੰਗਤ ਜੀ।